हेलो एवरीबॉडी एंड वेलकम टू माय चैनल मीत सर मैथ्स। सब तो पहला आप सबनों मेरे वालों प्यार भरी सत श्री अकाल। हाँ जी, होपफुली तुसी सारे तंदुरुस्त होंगे ते तुहाडे जिहड़े सितंबर दे एग्जाम ने वह वधिया चल रहे होंगे। हुण इन्हां एग्जाम की तैयारी दे लई ही 10th क्लास दे लई कंप्यूटर साइंस का जो सैंपल पेपर है अज असीं उसनूं करांगे डिस्कस। पर अगे जाण तों पहलां जेकर अजे तक चैनल नूं सबसक्राइब नहीं कीता इसनूं हुणे सबसक्राइब करके बैल आइकन नूं प्रेस कर दिओ ਤਾਂ ਕਿ ਸਾਡੀਆਂ ਸਾਰੀਆਂ ਲੇਟੈਸਟ ਵੀਡੀਓਜ਼ ਦੇ ਨੋਟੀਫਿਕੇਸ਼ਨਸ ਤੁਹਾਨੂੰ ਮਿਲ ਸਕਣ ਜਿਉਂ ਹੀ ਅਸੀਂ ਕੋਈ ਵੀਡੀਓ ਅਪਲੋਡ ਕਰਦੇ ਹਾਂ। ਹਾਂਜੀ, ਟਾਈਮ ਰਹੇਗਾ 2 ਘੰਟੇ, ਟੋਟਲ ਮਾਰਕਸ ਨੇ 50। ਹਾਂਜੀ, ਪਹਿਲਾਂ ਊੜਾ ਪਾਰਟ ਹੈ ਜਿਹ 'ਚ ਆਪਣੇ ਕੋਲ ਓਬਜੈਕਟਿਵ ਟਾਈਪ ਕੁਐਸਚਨਸ ਨੇ। ਪਹਿਲਾਂ ਆ ਗਏ ਉਹਨਾਂ 'ਚੋਂ MCQs। ਪਹਿਲਾ ਹੈ ਕਿਹੜੀ ਆਫਿਸ ਟੂਲਸ ਦੀ ਉਦਾਹਰਣ ਹੈ ਵਿੱਚ ਉਹਦਾ ਫੋਲੋਇੰਗ ਇਜ਼ ਐਨ ਐਗਜ਼ਾਮਪਲ ਆਫ ਆਫਿਸ ਟੂਲ MS ਵਰਡ, ਗੂਗਲ ਸਲਾਈਡਸ, MS ਪਾਵਰਪੁਆਇੰਟ, ਆਲ ਆਫ ਦੀਜ਼। ਹਾਂਜੀ, MS ਵਰਡ ਵੀ ਹੁੰਦਾ, MS ਪਾਵਰਪੁਆਇੰਟ ਵੀ ਹੁੰਦਾ, ਗੂਗਲ ਸਲਾਈਡ ਵੀ, ਫਿਰ ਹੋਣਾ ਤਾਂ ਹੀ ਸੋ ਡੀ ਆਪਸ਼ਨ। ਨੈਕਸਟ ਹੈ ਇਹ ਲਿਖਿਆ ਵਿੱਚੋਂ ਕਿਹੜੀ ਵਰਡ ਪ੍ਰੋਸੈਸਰ ਦੀ ਉਦਾਹਰਣ ਹੈ, ਗੂਗਲ ਡੋਕਸ, ਗੂਗਲ ਸ਼ੀਟਸ, ਗੂਗਲ ਡਰਾਈਵ ਕਿ MS ਐਕਸਲ। ਵਰਡ ਪ੍ਰੋਸੈਸਰ ਆਈ ਥਿੰਕ ਗੂਗਲ ਡੋਕਸ ਹੋਣਾ ਚਾਹੀਦਾ ਕਿਉਂਕਿ ਡਾਕੂਮੈਂਟ ਹੁੰਦੇ ਆ ਜਿਹੜੇ, ਬਾਕੀ ਜ਼ਰੂਰ ਆਪਣੇ ਬੁੱਕ ਦੇ ਵਿੱਚੋਂ ਜਾਂ ਟੀਚਰ ਦੇ ਨਾਲ ਕੰਸਲਟ ਕਰ ਲਿਓ। ਨੈਕਸਟ ਹੈ ਇਹ ਲਿਖਿਆ ਵਿੱਚੋਂ ਕਿਹੜੀ ਗੂਗਲ ਦੇ ਔਨਲਾਈਨ ਆਫਿਸ ਟੂਲ ਦੀ ਉਦਾਹਰਣ ਨਹੀਂ ਹੈ, ਗੂਗਲ ਸਲਾਈਡ, ਗੂਗਲ ਡੋਕਸ, ਓਪਨ ਆਫਿਸ ਰਾਈਟਰ ਕਿ ਗੂਗਲ ਸ਼ੀਟਸ। ਹਾਂਜੀ, ਗੂਗਲ ਦੀ ਗੱਲ ਹੋ ਰਹੀ ਹੈ ਤਾਂ ਉਹਨਾਂ 'ਚੋਂ ਇਹਦੇ ਨਾਲ ਗੂਗਲ ਨਹੀਂ ਆਇਆ, ਸੋ ਆਈ ਥਿੰਕ ਇਹੀ ਇਸਦਾ ਆਂਸਰ ਹੋਣਾ ਚਾਹੀਦਾ। ਨੈਕਸਟ ਹੈ ਡੈਸ਼ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ ਜੋ ਯੂਜ਼ਰ ਨੂੰ ਕਿਸੇ ਵਿਸ਼ੇਸ਼ ਕੰਮ ਨੂੰ ਕਰਨ ਦੇ ਯੋਗ ਬਣਾਉਂਦੇ ਹਨ। ਡੈਸ਼ ਇਜ਼ ਅ ਸੈੱਟ ਆਫ ਪ੍ਰੋਗਰਾਮਸ ਦੈਟ ਅਨੇਬਲ ਅ ਯੂਜ਼ਰ ਟੂ ਪਰਫੋਰਮ ਸਮ ਸਪੈਸੀਫਿਕ ਟਾਸਕ। ਸੋਫਟਵੇਅਰ, ਹਾਰਡਵੇਅਰ, ਲੈਂਗੁਏਜ ਟਰਾਂਸਲੇਟਰ, ਪ੍ਰੋਗਰਾਮਿੰਗ ਲੈਂਗੁਏਜਿਸ। ਹਾਂਜੀ, ਆਈ ਥਿੰਕ ਸੋਫਟਵੇਅਰ ਇਟ ਸ਼ੁੱਡ ਬੀ, ਬਾਕੀ ਚੈੱਕ ਜ਼ਰੂਰ ਕਰ ਲਿਓ। ਡੈਸ਼ ਇਜ਼ ਦਾ ਟੈਕਸਟ ਵਿੱਚ ਕੰਟੇਨਸ ਲਿੰਕਸ ਟੂ ਅਦਰ ਵੈੱਬ ਪੇਜਿਸ, ਸਟੈਟਿਕ ਟੈਕਸਟ, ਹਾਈਪਰ ਟੈਕਸਟ, ਪਲੇਨ ਟੈਕਸਟ, ਉਪਰੋਕਤ ਸਾਰੇ। ਸੋ ਇਹ ਦੇਖ ਲਿਓ ਬਈ, ਆਈ ਥਿੰਕ ਹਾਈਪਰ ਟੈਕਸਟ ਹੁੰਦਾ, ਆਈ ਥਿੰਕ। ਨੈਕਸਟ ਹੈ ਬਾਈ ਯੂਜਿੰਗ ਡੈਸ਼ ਐਟਰੀਬਿਊਟ ਵੀ ਕੈਨ ਡਿਫਾਈਨ ਸਪੇਸ ਬਿਟਵੀਨ ਟੇਬਲ ਸੈਲਸ, ਸੈਲ ਸਪੇਸਿੰਗ, ਸੈਲ ਪੈਡਿੰਗ, ਰੋ ਸਪੈਨ, ਕੋਲਮ ਸਪੈਨ। ਸੋ ਇਹ ਦੇਖ ਲਿਓ ਬਈ। ਨੈਕਸਟ ਹੈ ਫਿਲਪਸ ਐਪਲੀਕੇਸ਼ਨ ਸੋਫਟਵੇਅਰ ਆਰ ਆਲਸੋ ਨੋਨ ਐਜ, ਇਹਨਾਂ ਨੂੰ ਡੈਸ਼ ਕੀ ਹੋਰ ਕੀ ਕਿਹਾ ਜਾਂਦਾ ਹੈ। ਨੈਕਸਟ, ਵੇਰੀਅਸ ਟਾਈਪਸ ਆਫ ਆਫਿਸ ਟੂਲਸ ਆਲਸੋ ਫਾਲ ਇਨ ਦੀ ਕੈਟੇਗਰੀ ਆਫ ਡੈਸ਼ ਸੋਫਟਵੇਅਰਸ। ਨੈਕਸਟ ਹੈ ਡੈਸ਼ ਇਜ਼ ਅ ਫਰੀ ਔਨਲਾਈਨ ਵਰਡ ਪ੍ਰੋਸੈਸਰ। ਨੈਕਸਟ ਹੈ ਪੇਅਰਡ ਟੈਗਸ ਆਰ ਆਲਸੋ ਨੋਨ ਐਜ, ਪੇਅਰ ਟੈਗ ਨੂੰ ਹੋਰ ਕੀ ਕਿਹਾ ਜਾਂਦਾ ਹੈ। ਨੈਕਸਟ ਹੈ ਡੈਸ਼ ਟੈਗ ਦੀ ਵਰਤੋਂ ਸਿੰਗਲ ਲਾਈਨ ਬ੍ਰੇਕ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਅਗਲਾ ਡੈਸ਼ ਲਿਸਟ, ਇੱਕ ਲਿਸਟ ਦੇ ਅੰਦਰ ਇੱਕ ਹੋਰ ਲਿਸਟ ਹੁੰਦੀ ਹੈ। ਹਾਂਜੀ, ਪੂਰੇ ਨਾਮ ਲਿਖਣੇ ਨੇ, ਫੁੱਲ ਫੋਰਮ ਆਫ ਬੀ ਟੈਗ, ਯੂ ਟੈਗ, ਪੀ ਟੈਗ, ਅੱਗੇ ਹੈ BR ਟੈਗ, ਨੈਕਸਟ UL ਟੈਗ, ਨੈਕਸਟ LI ਟੈਗ, LI ਦਾ ਪੂਰਾ ਨਾਮ, UL ਦਾ ਪੂਰਾ ਨਾਮ, ਅੱਗੇ TR ਦਾ ਪੂਰਾ ਨਾਮ, ਅੱਗੇ TD ਦਾ ਪੂਰਾ ਨਾਮ ਕੀ ਹੈ। ਹਾਂਜੀ, ਛੋਟੇ ਉੱਤਰ ਵਾਲੇ ਪ੍ਰਸ਼ਨ, ਆਫਿਸ ਟੂਲਸ ਦੀ ਪਰਿਭਾਸ਼ਾ ਦਿਓ, ਡਿਫਾਈਨ ਦ ਟਰਮ ਆਫਿਸ ਟੂਲਸ। ਨੈਕਸਟ, ਐਪਲੀਕੇਸ਼ਨ ਸੋਫਟਵੇਅਰ ਕੀ ਹਨ, ਵੱਟ ਇਜ਼ ਐਪਲੀਕੇਸ਼ਨ ਸੋਫਟਵੇਅਰ, ਜਾਂ ਫਿਰ ਇਸ ਨਾਲ ਹੋਰ ਦੇ ਵਿੱਚ ਕੁਸ਼ਚਨ ਹੈ, ਗੂਗਲ ਡੋਕਸ ਦਾ ਵਰਣਨ ਕਰੋ, ਐਕਸਪਲੇਨ ਗੂਗਲ ਡੋਕਸ। ਨੈਕਸਟ ਇਜ਼ HTML ਕੀ ਹੈ, ਵੱਟ ਇਜ਼ HTML, HTML ਪ੍ਰੋਸੈਸਿੰਗ ਲਈ ਵਰਤੇ ਜਾਣ ਵਾਲੇ ਸੋਫਟਵੇਅਰ, ਨੇਮਸ ਆਫ ਸੋਫਟਵੇਅਰ ਰਿਕੁਆਇਰਡ ਫੋਰ HTML ਪ੍ਰੋਗਰਾਮਿੰਗ। ਨੈਕਸਟ, ਆਰਡਰ ਲਿਸਟ ਕੀ ਹੁੰਦੀ, ਆਰਡਰ ਲਿਸਟ ਬਣਾਉਣ ਲਈ ਵਰਤੇ ਜਾਂਦੇ ਟੈਗਸ ਅਤੇ ਐਟਰੀਬਿਊਟਸ ਦੇ ਨਾਮ ਲਿਖੋ, ਵੱਟ ਇਜ਼ ਆਰਡਰ ਲਿਸਟ, ਰਾਈਟ ਦਾ ਨੇਮ ਆਫ ਟੈਗ ਐਂਡ ਐਟਰੀਬਿਊਟਸ ਫੋਰ ਕ੍ਰੀਏਟਿੰਗ ਆਰਡਰ ਲਿਸਟ। ਨੈਕਸਟ, ਤੁਸੀਂ HTML ਟੇਬਲਸ ਵਿੱਚ ਸੈੱਲਾਂ ਨੂੰ ਕਿਸ ਤਰ੍ਹਾਂ ਮਰਜ ਕਰੋਗੇ, ਹਾਊ ਵਿਲ ਯੂ ਮਰਜ ਸੈੱਲਸ ਆਫ HTML ਟੇਬਲ, ਜਾਂ ਫਿਰ ਐਕਸਪਲੇਨ ਦਾ ਵੇਰੀਅਸ ਐਟਰੀਬਿਊਟਸ ਆਫ ਟੇਬਲ ਟੈਗ ਯੂਜ਼ਡ ਫੋਰ ਫੋਰਮੈਟਿੰਗ ਇਟਸ ਬੈਕਗਰਾਊਂਡ। ਵੱਡੇ ਉੱਤਰ ਵਾਲੇ ਕੁਸ਼ਚਨ, ਸੋਫਟਵੇਅਰ ਕੀ ਹੁੰਦੇ ਹਨ, ਵੱਖ ਵੱਖ ਕਿਸਮਾਂ ਦੇ ਸੋਫਟਵੇਅਰਸ ਦੇ ਦਾ ਵਰਣਨ ਕਰੋ, ਵੱਟ ਆਰ ਸੋਫਟਵੇਅਰ, ਐਕਸਪਲੇਨ ਡਿਫਰੈਂਟ ਟਾਈਪਸ ਆਫ ਸੋਫਟਵੇਅਰ, ਜਾਂ ਫਿਰ ਆਰਡਰ ਲਿਸਟ ਅਤੇ ਅਨਆਰਡਰਡ ਲਿਸਟਾਂ ਵਿੱਚ ਅੰਤਰ, ਡਿਫਰੈਂਸ਼ੀਏਟ ਬਿਟਵੀਨ ਆਰਡਰ ਲਿਸਟ ਐਂਡ ਅਨਆਰਡਰਡ ਲਿਸਟ। ਨੈਕਸਟ, ਟੇਬਲਸ ਕੀ ਹੁੰਦੇ ਨੇ, HTML ਡਾਕੂਮੈਂਟ ਟੇਬਲ ਬਣਾਉਣ ਲਈ ਕਿਹੜੇ ਵਰਤੇ ਜਾਣ ਵਾਲੇ ਮੁੱਢਲੇ ਟੈਗਸ ਦਾ ਵਰਣਨ ਕਰੋ, ਵੱਟ ਆਰ ਟੇਬਲ, ਐਕਸਪਲੇਨ ਦਾ ਬੇਸਿਕ ਟੈਗਸ ਯੂਜ਼ਡ ਫੋਰ ਕ੍ਰੀਏਟਿੰਗ ਟੇਬਲਸ ਇਨ ਦਾ HTML ਡਾਕੂਮੈਂਟ, ਜਾਂ ਫਿਰ ਆਫਲਾਈਨ ਅਤੇ ਔਨਲਾਈਨ ਆਫਿਸ ਟੂਲਸ ਦੀ ਤੁਲਨਾ ਕਰੋ, ਕੰਪੇਅਰ ਆਫਲਾਈਨ ਐਂਡ ਔਨਲਾਈਨ ਆਫਿਸ ਟੂਲਸ। ਸੋ ਇਹ 6 ਮਾਰਕਸ ਦੇ। ਸੋ ਦਿਸ ਵਾਜ਼ ਆਲ ਅਬਾਊਟ ਸੈਂਪਲ ਪੇਪਰ ਆਫ ਕੰਪਿਊਟਰ ਸਾਇੰਸ ਸਬਜੈਕਟ ਫੋਰ ਕਲਾਸ 10th। ਹਾਂਜੀ, ਵਧੀਆ ਤਿਆਰੀ ਕਰਕੇ ਵਧੀਆ ਮਾਰਕਸ ਲਓ, ਮੇਰੇ ਵੱਲੋਂ ਬੈਸਟ ਵਿਸ਼ਿਜ਼ ਨੇ। ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਕਮੈਂਟ ਕਰਨਾ ਅਤੇ ਸ਼ੇਅਰ ਵੀ ਕਰ ਦੇਣਾ।